ਨਸ਼ਾ ਤਸਕਰੀ ਦੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਫਾਜ਼ਿਲਕਾ ਸੈਸ਼ਨ ਕੋਰਟ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਦਾ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਇਸ ਕੇਸ ਦੀ 30 ਨਵੰਬਰ ਫਾਜ਼ਿਲਕਾ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਈ ਹੈ ਅਤੇ ਇਸ ਮਾਮਲੇ ਵਿੱਚ ਸੁਖਪਾਲ ਸਿੰਘ ਅਤੇ ਉਸਦੇ PSO ਜੋਗਾ ਸਿੰਘ ਵਗਰਾਹ ਨੇ ਫਾਜ਼ਿਲਕਾ ਦੇ ਅਤਿਰਿਕਤ ਸੈਸ਼ਨ ਜੱਜ ਸ਼੍ਰੀ ਸੰਦੀਪ ਸਿੰਘ ਜੂਸਨ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ ਲੇਕਿਨ ਉਹ ਕੋਰਟ ਵਿੱਚ ਪੇਸ਼ ਨਹੀਂ ਹੋਏ ਜਿਸ 'ਤੇ ਕਿ ਫਾਜ਼ਿਲਕਾ ਮਾਨਨੀਆ ਕੋਰਟ ਵੱਲੋਂ ਇੱਕ ਵਾਰ ਫਿਰ ਤੋਂ ਇਸ ਸੰਬੰਧੀ ਨਵੇਂ ਸਿਰੇ ਤੋਂ ਉਹਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਅਤੇ ਉਹਨਾਂ ਨੂੰ 21 ਦਸੰਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ਤੇ ਪਹਿਲਾਂ ਸਰ ਜਿਹੜੇ ਸੰਮਨ ਜਾਰੀ ਕੀਤੇ ਗਏ ਸੀ ਉਹ ਉਹਨਾਂ ਨੇ ਹਾਈ ਕੋਰਟ ਨੇ ਜੋ ਆਰਡਰ ਕੀਤਾ ਸੀ ਪਾਸ ਉਹਨਾਂ 'ਚ ਉਹਨਾਂ ਨੇ ਵਾਰੰਟ ਕੁਐਸ਼ ਕਰਤੇ ਸੀ ਇਸ ਕਰਕੇ ਅੱਜ ਨਵਾਂ ਆਰਡਰ ਪਾਸ ਕੀਤਾ ਹੈ 21/12 ਡੇਟ ਪਰ ਤੁਹਾਡੀ ਤਰੀਕ ਤੋਂ ਪਹਿਲਾਂ ਤੁਹਾਡੇ ਕੀ ਜਿਹੜਾ ਹਾਈ ਕੋਰਟ 'ਚ ਅੱਜ ਤਾਂ ਸਿਰਫ ਉਹਨਾਂ ਨੇ ਓਨਰੇਬਲ ਕੋਰਟ ਨੇ ਆਰਡਰ ਪਾਸ ਕੀਤਾ ਹੈ ਫਰੈਸ਼ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਹੈ ਕਿਆ ਦੁਬਾਰਾ ਸੁਣਵਾਈ ਹੋ ਸਕਦੀ ਹੈ ਦੁਬਾਰਾ ਨੋਟਿਸ ਹੀ ਉਹਨਾਂ ਨੂੰ ਜਾਰੀ ਕੀਤਾ ਹਾਂਜੀ ਕਦੋਂ ਪੇਸ਼ ਹੋਣ ਲਈ ਕਿਹਾ ਗਿਆ ਸਰ 21/12 ਡੇਟ ਪਾਈ ਹੈ ਜੀ ਨੈਕਸਟ ਕਿ ਅਰੈਸਟ ਹੋਣ ਦੇ ਚੱਕਰ ਚ ਨਹੀਂ ਅੱਜ ਉਹ ਪੇਸ਼ ਹੋ ਪਾਏ ਇਸ ਬਾਰੇ ਮੈਂ ਪੁੱਛਣੀ ਹੈ ਇੱਕ ਸਰ ਇਸ ਕੇਸ ਦੇ ਵਿੱਚ ਜਿਹੜਾ ਬੈਂਸ ਬ੍ਰਦਰ ਨੇ ਇੱਕ CDB ਜਾਰੀ ਕੀਤੀ ਉਹਦੇ ਬਾਰੇ ਕੁਛ ਹੈਗੀ ਮੈਨੂੰ ਕੀ ਉਹਦੇ 'ਚ ਕਿਹਾ ਗਿਆ ਜਿਹੜਾ ਖਹਿਰਾ ਮੈਟਰ ਹੈ ਇਹ ਜਲਾਲਾਬਾਦ ਸਦਰ ਥਾਣੇ 'ਚ ਦਰਜ ਹੋਇਆ ਸੀਗਾ ਅਤੇ ਇਹ ਬੜਾ ਹਾਈ ਪ੍ਰੋਫਾਈਲ ਮੈਟਰ ਹੈ ਔਰ ਪੁਲਿਸ ਇਹਦੇ 'ਚ ਕੀ ਕਰ ਰਹੀ ਹੈ ਸਰ ਇਹਦੇ ਬਾਰੇ ਨਹੀਂ ਤਾਂ ਸੀਨੀਅਰ ਅਫਸਰਾਂ ਦਾ ਹਿਸਾਬ ਕਿਤਾਬ ਚੱਲ ਰਿਹਾ ਸਾਰਾ ਕੁਛ ਜੋ ਤੁਸੀਂ ਦੇ ਸੰਬੰਧ ਵਿੱਚ ਇਹਦੇ ਬਾਰੇ ਅਜੇ ਕੁਛ ਨਹੀਂ ਇਹ ਤੁਹਾਡੇ ਥਾਣੇ 'ਚ ਮਾਮਲਾ ਦਰਜ ਨਹੀਂ ਸੀ ਮਾਮਲਾ ਹੈਗਾ ਸੀ ਉਹਦੇ ਮਾਮਲੇ 'ਤੇ ਚੋਕ ਹੋਊਗੀ ਗਵਾਹੀਆਂ ਹੋਗੀਆਂ ਪਰਚਾ ਹੋਗਾ ਦਰਜ ਹੋ ਗਿਆ ਉਸ ਤੋਂ ਬਾਅਦ ਜਿਹੜੀ ਸੀਨੀਅਰ ਅਫਸਰ ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ਚੈਨਲ 2